ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਹਰਿਆਣਾ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਪਲੇਠਾ ਜਿਹੜਾ ਬਜਟ ਸ਼ੁਰੂ ਹੋਇਆ ਉਹਦੇ 'ਚ ਗਵਰਨਰ ਦਾ ਭਾਸ਼ਣ ਪੇਸ਼ ਹੋ ਚੁੱਕਾ ਹੈ। ਗਵਰਨਰ ਦੇ ਭਾਸ਼ਣ ਜਿਹੜੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਉਹਦੇ 'ਚ ਇੱਕ ਤਾਂ ਹੈ ਕਿ ਜਿਹੜੀ ਪਿਛਲੀ ਸਰਕਾਰ ਹੈ ਉਹਦੇ 'ਤੇ ਤਕੜੇ ਹਮਲੇ ਕੀਤੇ ਗਏ। ਦੂਜਾ ਅਹਿਮ ਗੱਲ ਇਹ ਵੀ ਹੈ ਜਿਹੜੀ ਦੋਨਾਂ ਰਾਜਾਂ ਦੇ ਨਾਲ ਸੰਬੰਧਿਤ ਹੈ, ਸਤਲੁਜ ਜਮੁਨਾ ਲਿੰਕ ਨਹਿਰ ਦਾ ਜਿਹੜਾ ਪਾਣੀ ਹੈ ਉਹਨੂੰ ਲਿਆਉਣ ਦਾ ਵਾਅਦਾ ਮੁੜ ਦੁਹਰਾਇਆ ਗਿਆ। ਕਿਸਾਨਾਂ ਦੇ ਇਸ਼ੂ ਵੀ ਹੈ, ਹੋਰ ਵੀ ਕਈ ਮੁੱਦੇ ਹੈ। ਇਹਨਾਂ ਸਾਰੇ ਮਾਮਲਿਆਂ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸਰ ਰਮਨੀਕ ਸਿੰਘ ਮਾਨ, ਸੀਨੀਅਰ ਜਰਨਲਿਸਟ ਸਰ ਪ੍ਰਦੀਪ ਮਲਿਕ, ਦੋਨਾਂ ਮਹਿਮਾਨਾਂ ਨੂੰ ਅਸੀਂ ਜੀ ਐਂ ਆਖਦੇ ਹਾਂ। ਮਾਨ ਸਾਹਿਬ, ਮੈਂ ਗੱਲਬਾਤ ਦਾ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕਰਨ ਲੱਗਿਆ। ਬਜਟ ਦੇ ਦੌਰਾਨ ਜਿਹੜਾ ਇੱਕ ਰਵਾਇਤ ਹੁੰਦੀ ਹੈ ਕਿ ਬਜਟ ਦੀ ਸ਼ੁਰੂਆਤ ਜਿਹੜੀ ਜਦੋਂ ਨਵੇਂ ਸਾਲ ਦਾ ਬਜਟ ਆਉਂਦਾ ਤਾਂ ਹਮੇਸ਼ਾ ਗਵਰਨਰ ਦੇ ਐਡਰੈਸ ਨਾਲ ਸ਼ੁਰੂ ਹੁੰਦਾ ਹੈ। ਉਹ ਜਿਹੜਾ ਐਡਰੈਸ ਹੁੰਦਾ ਉਹਦੇ 'ਚ ਸਰਕਾਰ ਦਾ ਫੋਕਸ ਹੁੰਦਾ ਕਿ ਸਰਕਾਰ ਕੀ ਕਰਨਾ ਚਾਹੁੰਦੀ ਹੈ, ਸਰਕਾਰ ਦੀਆਂ ਕੀ ਪੋਲੀਟੀਕਲ ਸੀਨ ਹੈਗਾ। ਇਸ ਵਾਰ ਵੀ ਜਿਹੜੀ ਗੱਲ ਇੱਕ ਲਿਆਂਦੀ ਗਈ ਹੈ ਤਾਂ ਠੀਕ ਹੈ ਵੀ ਸਤਲੁਜ ਜਮੁਨਾ ਲਿੰਕ ਨਹਿਰ ਦਾ ਵਾਅਦਾ ਕੀਤਾ ਗਿਆ ਕਿ ਅਸੀਂ ਹਰਿਆਣਾ ਦੇ ਲੋਕਾਂ ਨੂੰ ਜਿਹੜਾ ਹੈਗਾ ਪਾਣੀ ਦਵਾਵਾਂਗੇ, ਪਰ ਇਸ ਤਰ੍ਹਾਂ ਲੱਗਦਾ ਵੀ ਇਸ ਵਾਰ ਜਿਵੇਂ ਸੁਰ ਥੋੜ੍ਹੀ ਨਰਮ ਰੱਖੀ ਗਈ ਹੈ ਪਹਿਲਾਂ ਦੇ ਮੁਕਾਬਲੇ। ਨਹੀਂ, ਸੁਰ ਨਰਮ ਰੱਖਣ ਦਾ ਸਵਾਲ ਨਹੀਂ ਹੈ, ਸਵਾਲ ਇਹ ਹੈ ਕਿ ਇਹਦੇ 'ਚ ਬਜਟਰੀ ਐਲੋਕੇਸ਼ਨ ਹੋਈ ਹੈ ਜੀ, ਔਰ ਇਹ ਮੁੱਦਾ ਸਭ ਤੋਂ ਪਹਿਲਾਂ ਪ੍ਰਾਥਮਿਕ ਮੁੱਦਾ ਸਾਡਾ, ਔਰ ਸਾਡਾ ਫੋਕਸ ਇਹ ਹੈ ਕਿ ਵੀ ਆਪਾਂ ਇਸ ਕੰਮ ਨੂੰ ਸਿਰੇ ਇਸ ਵਾਰੀ ਲਾਉਣਾ ਆ ਜੀ, ਬਾਈ ਆਲ ਮੀਨਸ ਹਰ ਹਾਲ 'ਚ ਆਪਾਂ ਇਹਨੂੰ ਪਾਣੀ ਨੂੰ ਲੈ ਕੇ ਆਉਣਾ ਹਰਿਆਣੇ 'ਚ ਜੀ। ਤੇ ਜਿਹੜੀ ਜਰਖੇਜ਼ ਜ਼ਮੀਨ ਹਰਿਆਣੇ ਦੀ ਹੈ ਜਿਹਨੂੰ ਪਾਣੀ ਦੀ ਕਮੀ ਕਰਕੇ ਉਸ 'ਚੋਂ ਫਸਲ ਨਹੀਂ ਪੈਦਾ ਹੋ ਪਾ ਰਹੀ, ਆਪਣਾ ਪ੍ਰਯਾਸ ਇਹੀ ਆ ਕਿ ਆਪਾਂ ਇਸ ਟਰਮ ਦੇ ਵਿੱਚ ਹਰ ਹਾਲਤ 'ਚ ਹਰ ਤਰੀਕੇ ਨਾਲ ਉਹ ਪਾਣੀ ਹਰਿਆਣੇ 'ਚੋਂ ਲੈ ਕੇ ਆਉਣਾ ਜੀ। ਪ੍ਰਦੀਪ ਮਲਿਕ, ਤੁਸੀਂ ਬਜਟ ਸੈਸ਼ਨ ਕਵਰ ਵੀ ਕਰਦੇ ਹੋ, ਜੋ ਗਵਰਨਰ ਦਾ ਐਡਰੈਸ ਹੈ ਜਿਹੜੇ ਮੈਂ ਉਹਦੇ 'ਚ ਕਮੈਂਟ ਕੀਤੇ ਹੈ, ਤੁਹਾਡੀ ਕੀ ਰਾਏ? ਸਿੱਧੂ ਸਾਹਿਬ, ਪਹਿਲੀ ਵਾਰ ਐਸਾ ਹੋਇਆ ਕਿ ਜੋ ਹਰਿਆਣਾ ਕਾ ਬਜਟ ਸਤਰ ਹੈ ਉਸਮੇ ਵੋ ਬਾਤੇਂ ਇਤਨੀ ਪ੍ਰਮੁਖਤਾ ਸੇ ਨਹੀਂ ਆਈ। ਜੈਸੇ ਪਹਿਲੇ ਹਮੇਸ਼ਾ ਸੇ ਯੇ ਹੋਤਾ ਥਾ, ਜਬ ਵੀ ਬਜਟ ਸਤਰ ਸ਼ੁਰੂ ਹੋਤਾ ਥਾ ਉਸਮੇ ਪੁਰਾਣੀ ਬਾਤੇਂ ਤੋ ਹੋਤੀ ਥੀ ਕਿ ਜੈਸੇ ਹਿੰਦੀ ਭਾਸ਼ੀ ਏਰੀਆ ਹੈ ਜੋ ਪੰਜਾਬ ਕੇ ਉਸਕੋ ਹਰਿਆਣਾ ਮੇਂ ਵਾਪਿਸ ਲਾਏਂਗੇ। ਇਸਕੇ ਇਲਾਵਾ ਸਤਲੁਜ ਯਮੁਨਾ ਲਿੰਕ ਨਹਿਰ ਕਾ ਵੀ ਬਹੁਤ ਬੜੇ ਉਸ ਹੋਤਾ ਥਾ ਤੀਸਰਾ ਔਰ ਦੂਸਰਾ ਚੰਡੀਗੜ੍ਹ ਮੈਂ ਯਾਦ ਕਰਾ ਦਿੰਦਾ ਹਾਂ, ਚੰਡੀਗੜ੍ਹ ਚੰਡੀਗੜ੍ਹ ਹਰਿਆਣਾ ਕਾ ਹਿੱਸਾ ਇਹ ਸਾਰੇ, ਲੇਕਿਨ ਅਬ ਕੀ ਬਾਰ ਨਹੀਂ ਆਈ ਇਹ ਬਾਤੇਂ। ਉਸਮੇਂ ਮੇਨ ਯਹੀ ਬਾਤ ਹੈ ਕਿ ਜੋ ਅਭੀ ਚੂੰਕਿ ਜੋ ਹਰਿਆਣਾ ਕੇ ਰਾਜਪਾਲ ਹੈ ਕਪਤਾਨ ਸਿੰਘ ਸੋਲੰਕੀ, ਇਨਕੇ ਪਾਸ ਪੰਜਾਬ ਕਾ ਵੀ ਕਾਰਯਭਾਰ ਹੈ ਔਰ ਚੰਡੀਗੜ੍ਹ ਕੇ ਵੀ ਐਡਮਿਨਿਸਟ੍ਰੇਟਰ ਹੈ, ਯੇ ਵੀ ਵਜ੍ਹਾ ਇੱਕ ਹੋ ਸਕਤੀ ਹੈ। ਲੇਕਿਨ ਇਸ ਬਜਟ ਸਤਰ ਮੇਂ ਜੋ ਗੰਭੀਰਤਾ ਜੋ ਹੋਣੀ ਚਾਹੀਏ ਉਸਕਾ ਵੀ ਅਭਾਵ ਹੈ। ਰੀਜ਼ਨ ਸਾਫ ਹੈ ਕਿ ਇੱਕ ਤੋਂ ਜੋ नए विधायक हैं, हालांकि इनको एक ओरिएंटेशन प्रोग्राम इनका करवाया गया था जी जी, लेकिन उसका कुछ विधायकों पे तो असर जरूर देखने को मिला, लेकिन बाकी जो नए हैं उनको उतना। प्रदीप मलिक, मैं इस मुद्दे पे होना है कि सेशन से गंभीरता का अभाव है जिदा तुम कह रहे हो, पर एक गल जी मैं पंजाब ते हरियाणा नाल जुड़ी गल कर रही, तुम कह रहे थे इस बार थोड़ा जहा इशू जोड़े गए डिल्यूट किए गए, कि लगता है कि प्रैक्टिकल अप्रोच अपनाई गई है जां लगता है कि हरियाणा ਕੁਝ ਜਿਹੜੇ ਇਸ਼ੂ ਜਿਹੜੇ ਪੈਂਡਿੰਗ ਪਹਿਲਾਂ ਦੇ ਸੀ ਉਹਨਾਂ ਥੋੜ੍ਹਾ ਪਿੱਛੇ ਹਟਣਾ ਸ਼ੁਰੂ ਹੋ ਗਿਆ? ਸਿੱਧੂ ਸਾਹਿਬ, ਪਿੱਛੇ ਤੋਂ ਹਟਣ ਵਾਲੀ ਬਾਤ ਸ਼ਾਇਦ ਨਹੀਂ ਦਿਖਾਈ ਦੀ, ਕਿਉਂਕਿ ਹਾਲਾਂਕਿ ਵਿਧਾਨ ਸਭਾ ਮੇਂ ਵੀ ਇਹ ਬਾਤ ਉਹਨੇ ਕਿਹਾ ਵੀ ਹੈ, ਸਰਕਾਰ ਕੀ ਤਰਫ ਸੇ ਇਹ ਬਾਤ ਆਈ ਕਿ ਹਮ SYL ਕਾ ਪਾਣੀ ਲੈ ਕਰ ਰਹੇਂਗੇ, ਇਹ ਸਾਰੀ ਬਾਤੇਂ ਆਈ, ਲੇਕਿਨ ਇਹ ਸਾਰੀ ਟੈਕਨੀਕਲ ਚੀਜ਼ ਹੈ। ਅਬ ਉਹ ਅਗਰ ਇਸ ਪਰ ਗੰਭੀਰਤਾ ਮੇਰੇ ਕੋ ਇਸ ਲਈ ਨਹੀਂ ਦਿਖਾਈ ਦੇ ਰਹੀ, ਵਿਪਕਸ਼ ਕੀ ਤਰਫ ਸੇ ਇਹ ਕਿਹਾ ਗਿਆ ਥਾ, ਕੱਲ ਵੀ ਕਿਹਾ, ਆਪ ਇਸ ਪਰ ਇੱਕ ਪ੍ਰਸਤਾਵ ਲੈ ਕਰ ਆਏ, ਉਸ ਪਰ ਚੌਧਰੀ ਭੁਪਿੰਦਰ ਸਿੰਘ ਹੁੱਡਾ ਕੀ ਪਾਰਟੀ ਕਾਂਗਰਸ ਵੀ ਸਮਰਥਨ ਕਰੇਗੀ ਔਰ ਹਮ ਇੰਡੀਅਨ ਨੈਸ਼ਨਲ ਲੋਕਦਲ ਜੋ ਮੁੱਖ ਵਿਪਕਸ਼ੀ ਪਾਰਟੀ ਉਹ ਵੀ ਕਰੇਗੀ ਔਰ ਇਸਕੋ ਕੇਂਦਰ ਸਰਕਾਰ ਕੇ ਪਾਸ ਭੇਜੇ, ਤੋ ਉਸ ਪਰ ਅਭੀ 16 ਮਾਰਚ ਕੋ ਮੁੱਖ ਮੰਤਰੀ ਨੇ ਜਵਾਬ ਦੇਣਾ ਹੈ, ਉਸਮੇ ਉਹ ਕਿਆ ਬੋਲਤੇ ਹੈ ਵੋ ਬਾਤ ਮੇਨ ਹੈ, ਇਸ ਪਰ ਇਹ ਸਾਰਾ ਡਿਸਕਸ ਉਹ ਸਾਹਮਣੇ ਆ ਜਾਏਗਾ। ਮਾਨ ਸਾਹਿਬ, ਅਸੀਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗੇ, ਜਦੋਂ ਪ੍ਰਦੀਪ ਮਲਿਕ ਦੇ ਕਮੈਂਟ ਹੈਗੇ ਹੈ ਕਿ ਵੀ ਇਸ ਵਾਰ ਜਿਹੜਾ ਅੱਗੇ ਪਹਿਲਾਂ ਇੰਨੀ ਫੋਰਸ ਦੇ ਨਾਲ ਗੱਲ ਕੀਤੀ ਜਾਂਦੀ ਸੀ, ਇਹ ਠੀਕ ਹੈ ਪਾਣੀਆਂ ਦੇ ਮੁੱਦੇ 'ਤੇ ਤੁਸੀਂ ਵੀ ਗੱਲ ਕੀਤੀ ਹੈ, ਪਰ ਚੰਡੀਗੜ੍ਹ ਦਾ ਕੋਈ ਜ਼ਿਕਰ ਨਹੀਂ, ਇੱਦਾਂ ਹਿੰਦੀ ਬੋਲਦੇ ਇਲਾਕਿਆਂ ਦਾ ਕੋਈ ਜ਼ਿਕਰ ਨਹੀਂ। ਇੱਕ ਗੱਲ ਮੈਂ ਤੁਹਾਡੇ ਨਾਲ ਇਹ ਵੀ ਜਿਹੜਾ ਡਿਸਕਸ ਕਰਨੀ ਚਾਹੁੰਦਾ ਕਿ ਜਦੋਂ ਇਸ ਵੇਲੇ ਪੰਜਾਬ ਦੇ 'ਚ ਤੁਹਾਡੇ ਮਿੱਤਰਾਂ ਦੀ ਸਰਕਾਰ, ਹਰਿਆਣਾ ਅੰਦਰ ਤੁਹਾਡੀ ਆਪਣੀ ਸਰਕਾਰ ਔਰ ਕੇਂਦਰ ਦੇ ਵਿੱਚ ਵੀ ਤੁਹਾਡੀ ਆਪਣੀ ਸਰਕਾਰ, ਮੇਰਾ ਖਿਆਲ ਹੈ ਕਿ ਇਸ ਤੋਂ ਬਿਹਤਰੀਨ ਮਾਹੌਲ ਨਹੀਂ ਬਣ ਸਕਦਾ ਪੰਜਾਬ ਅਤੇ ਹਰਿਆਣਾ ਦੇ ਇਸ਼ੂਜ਼ ਜਿਹੜੇ ਹੈਗਾ ਉਹਨਾਂ ਦੇ ਹੱਲ ਕਰਨ ਦੇ ਲਈ। ਤਾਂ ਇਹਨਾਂ ਮੌਕਿਆਂ ਦੇ ਉੱਤੇ ਕੋਈ ਸੰਜੀਦਗੀ ਲੱਗਦੀ ਹੈ ਕਿ ਜਾਂ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਇਹ ਡੰਗ ਟਪਾਉ ਨੀਤੀ ਹੈ? ਦੇਖੋ, ਗੱਲ ਇਹ ਹੈ ਜੀ ਕਿ ਪਹਿਲਾਂ ਮੈਂ ਤੁਹਾਨੂੰ, ਪਹਿਲਾਂ ਤਾਂ ਇਹ ਹੈ ਕਿ ਵੀ ਮਲਿਕ ਸਾਹਿਬ ਇੱਕ ਜਰਨਲਿਸਟ ਹੈ,
ਇਹ ਸੈਸ਼ਨ ਦੇਖਦੇ ਵੀ ਹੈ ਜਾ ਕੇ, ਹੀ ਹੈਜ਼ ਅ ਰਾਈਟ ਟੂ ਓਪੀਨੀਅਨ, ਇਹ ਜਿਹੜਾ ਓਪੀਨੀਅਨ ਇਹਨਾਂ ਦਾ ਵਿਅਕਤੀਗਤ ਓਪੀਨੀਅਨ ਹੈ, ਦੈਟ ਮੇ ਨੋਟ ਬੀ ਦੀ ਫੈਕਚੁਅਲ, ਸਵਾਲ ਨਹੀਂ ਪੈਂਦਾ, ਦੈਟ ਮੇ ਨੋਟ ਬੀ ਦੀ ਫੈਕਚੁਅਲ ਇਮੇਜ ਔਰ ਦੀ ਕਰੈਕਟ ਰਿਫਲੈਕਸ਼ਨ ਆਫ ਦੀ ਪਾਲਿਸੀ ਔਰ ਦੀ ਨੇਚਰ ਆਫ ਦੀ ਗਵਰਨਮੈਂਟ, ਮੈਂ ਨਹੀਂ ਮੰਨਦਾ ਇਸ ਗੱਲ, ਪਹਿਲੀ ਗੱਲ। ਦੂਜੀ ਗੱਲ ਇਹ ਕਿ ਜਿਹੜਾ ਤੁਸੀਂ ਮੈਨੂੰ ਇੱਕ ਪੁਆਇੰਟਡ ਕੁਐਸਚਨ ਕੀਤਾ ਆ, ਮੈਂ ਤੁਹਾਨੂੰ ਯਾਦ ਕਰਾਊਂਗਾ, ਜਿਸ ਵੇਲੇ ਹਰਿਆਣੇ 'ਚ ਹੁੱਡਾ ਸਾਹਿਬ ਦੀ ਸਰਕਾਰ ਸੀਗੀ, ਪੰਜਾਬ 'ਚ ਇਹਨਾਂ ਦੀ ਸਰਕਾਰ ਜੀ, ਕੇਂਦਰ 'ਚ ਅੱਜ ਤੱਕ ਰਾਜ ਹੀ ਇਹਨਾਂ ਦਾ ਰਿਹਾ ਜੀ। ਦਿਸ ਇਜ਼ ਪ੍ਰੋਬਬਲੀ ਇਹ ਪਹਿਲੀ ਵਾਰੀ ਹੋਇਆ ਕਿ ਵੀ ਆਪਣੇ ਦਮ 'ਤੇ ਇਕੱਲੀ ਸਰਕਾਰ ਭਾਰਤੀ ਜਨਤਾ ਪਾਰਟੀ ਨੇ ਕੇਂਦਰ 'ਚ ਬਣਾਈ ਹੈ, ਰੋਲ ਹਰਿਆਣਾ ਦੇ ਅੰਦਰ ਵੀ, ਹਰਿਆਣੇ 'ਚ ਵੀ ਜੀ। ਤੋ ਕਹਿਣ ਦਾ ਭਾਵ ਇਹ ਹੈ ਜੀ ਕਿ ਇਹਨਾਂ ਦੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਕਦੀ ਕੋਈ ਸੀਰੀਅਸਨੈਸ ਨਹੀਂ ਰਹੀ ਸੀਗੀ। ਕਹਿਣਾ ਇਹ ਹੈ ਕਿ ਵੀ ਭਾਰਤੀ ਜਨਤਾ ਪਾਰਟੀ ਨੇ ਜ਼ਿਆਦਾ ਜ਼ੋਰ ਨਾਲ ਗੱਲ ਨਹੀਂ ਚੱਕੀ। ਦੇਖੋ, ਰੌਲਾ ਪਾਉਣ ਨਾਲ ਕੁਛ ਨਹੀਂ ਹੁੰਦਾ ਜੀ, ਇਹ ਪਿਛਲੇ 67-68 ਸਾਲ 'ਚ ਰੌਲਾ ਹੀ ਪਾਉਂਦੇ ਰਹੇ ਆ, ਇਹਨਾਂ ਨੇ ਕੰਮ ਕੋਈ ਨਹੀਂ ਕੀਤਾ ਜੀ। ਅੱਜ ਹੁਣ ਅਗਰ ਇੱਕ ਸਰਕਾਰ ਪ੍ਰੈਕਟੀਕਲ ਹੋ ਕੇ ਚੱਲ ਰਹੀ ਹੈ, ਜਿਹਨਾਂ ਨੂੰ ਇਹ ਪਤਾ ਕਿ ਵੀ ਇਹ ਆਪਾਂ ਕੰਮ ਕਰਨਾ, ਕਿਸ ਤਰੀਕੇ ਨਾਲ ਐਗਜੀਕਿਊਟ ਕਰਨਾ, ਔਰ ਜਦੋਂ ਮੁੱਖ ਮੰਤਰੀ ਜੀ ਜਵਾਬ ਦੇਣਗੇ ਵਿਧਾਨ ਸਭਾ 'ਚ, ਉਹ ਤੁਹਾਨੂੰ ਗੱਲਾਂ ਕਲੀਅਰ ਹੋ ਜਾਣਗੀਆਂ ਉਹਨਾਂ ਦੇ ਜਵਾਬ 'ਚੋਂ ਕਿ ਵੀ ਸਰਕਾਰ ਕਿੰਨੀ ਕੁ ਵਚਨਬੱਧ ਹੈ ਜੀ, ਕਿੰਨੀ ਕੁ ਸੀਰੀਅਸ ਹੈ ਇਸ ਇਸ਼ੂ ਨੂੰ ਲੈ ਕੇ। ਬਾਕੀ ਇਹ ਹੈ ਕਿ ਵੀ ਮੈਂ ਨਹੀਂ ਸਮਝਦਾ ਕਿ ਰੌਲਾ ਪਾਉਣ ਦਾ ਕੋਈ ਬੈਨੀਫਿਟ ਹੈ ਜੀ। ਦੂਜੀ ਗੱਲ ਜਿਹੜੀ ਤੁਸੀਂ ਪੁਆਇੰਟ ਆਊਟ ਕੀਤੀ, ਸੈਂਟਰ 'ਚ ਸਾਡੀ ਸਰਕਾਰ ਹੋਣ ਦਾ, ਕੇਂਦਰ 'ਚ ਸਾਡੀ ਸਰਕਾਰ ਹੋਣ ਦਾ, ਸਟੇਟ 'ਚ ਹੋਣ ਦਾ, ਔਰ ਸਾਡੇ ਘਟਕ ਦਲ ਦਾ, ਸਾਡੇ ਪਾਰਟਨਰਸ ਦੇ ਨਾਲ ਪੰਜਾਬ ਦੇ ਅੰਦਰ ਵੀ ਇੱਕ ਬੈਨੀਫਿਟ ਹੋਏਗਾ, ਬਟ ਵੀ ਆਰ ਏ ਫੈਡਰਲ ਸਟਰਕਚਰ, ਉਹ ਫੈਡਰਲ ਸਟਰਕਚਰ ਹੋਣ ਕਰਕੇ ਇੱਕ ਤਰੀਕਾ ਹੁੰਦਾ ਕਿਸੇ ਵੀ ਚੀਜ਼ ਨੂੰ ਫੋਲੋ ਕਰਨ ਦਾ, ਕੰਮ ਨੂੰ ਐਗਜੀਕਿਊਟ ਕਰਨ ਦਾ, ਪਰ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਇੱਕ ਰਾਈਟ ਵੀ ਹੁੰਦਾ ਹੈ ਫੈਡਰਲ ਸਿਸਟਮ ਜੀ। ਮੈਂ ਤਾਂ ਕਿਹਾ ਜੀ, ਮੈਂ ਤਾਂ ਪਹਿਲਾਂ ਕਿਹਾ ਰਾਈਟ ਓਪੀਨੀਅਨ ਹੈ ਜੀ, ਇਹਨਾਂ ਨੇ ਓਪੀਨੀਅਨ ਫਾਰਮ ਕੀਤਾ, ਠੀਕ ਹੈ ਜੀ ਜੀ। ਆਪਣਾ ਕਹਿਣਾ ਇਹ ਹੈ ਕਿ ਵੀ ਆਰ ਸੀਰੀਅਸ ਅਬਾਊਟ ਇਟ, ਔਰ ਅਗਰ ਇਹ SYL ਦਾ ਪਾਣੀ ਹਰਿਆਣੇ ਦੀ ਜ਼ਮੀਨ ਦੇ ਵਿੱਚ ਅਗਰ ਕੋਈ ਪਾਰਟੀ ਲਿਆ ਸਕਦੀ ਹੈ, ਉਹ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਜੀ। ਔਰ ਸਰ, ਤੁਸੀਂ ਬੜੀ ਵੱਡੀ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਲਿਆ ਸਕਦੀ ਹੈ, ਜਦੋਂ ਕਿ ਡਿਕੇਡਸ ਤੋਂ ਪ੍ਰਤੀ ਮਲਕ ਦਹਾਕਿਆਂ ਤੋਂ ਇਹ ਬਹੁਤ ਵੱਡਾ ਇਸ਼ੂ ਬਣਿਆ ਰਿਹਾ। ਇਹ ਜੇ ਸੰਤ ਲੌਂਗੋਵਾਲ ਦਾ ਅਤੇ ਸੈਂਟਰ ਦਾ ਜਿਹੜਾ ਸਮਝੌਤਾ ਹੋਇਆ ਸੀ, ਉਹਦੇ ਅਧੀਨ ਜਿਹੜਾ ਹੈਗਾ ਪਾਣੀ ਲਿਆਉਣ ਦੀ ਗੱਲ ਹੋਈ ਸੀ, ਸੰਤ ਲੌਂਗੋਵਾਲ ਵੀ ਨਹੀਂ ਰਹੇ ਉਹਦੇ ਨਾਲ ਜਿਹੜਾ ਸਮਝੌਤਾ ਗਿਆ ਸੀ, ਉਸ ਵੇਲੇ ਦੇ ਪ੍ਰਧਾਨ ਮੰਤਰੀ ਦੇ ਰਜੀਬ ਉਹ ਵੀ ਨਹੀਂ ਰਹੇ, ਪ੍ਰਸਿੱਧੀਆਂ ਬਦਲ ਗਈਆਂ, ਜਿਹਨੂੰ ਪੰਜਾਬੀ 'ਚ ਕਹਿੰਦੇ ਬਹੁਤ ਸਾਰਾ ਪਾਣੀ ਪੁਣਾਂ ਦੇ ਹੇਠ ਦੀ ਨਿਕਲ ਚੁੱਕਾ ਇਸ ਵੇਲੇ ਤੱਕ। ਤੁਹਾਨੂੰ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਪ੍ਰਾਪਤੀ ਹੋ ਸਕਦੀ ਹੈ ਹਰਿਆਣਾ ਦੀ? ਸਿੱਧੂ ਸਾਹਿਬ, ਆਗੇ ਪੰਜਾਬ ਮੇਂ ਜੋ ਵਿਧਾਨ ਸਭਾ ਚੁਣਾਵ ਜੋ ਹੋਣੇ ਹੈ 2017 ਮੇਂ ਜੀ, ਉਸਕੋ ਦੇਖ ਕਰ ਮੇਰੇ ਕੋ ਨਹੀਂ ਲੱਗਤਾ ਕਿ ਪੰਜਾਬ ਸੇ ਪਾਣੀ ਹਰਿਆਣਾ ਕੋ ਮਿਲ ਜਾਏਗਾ ਜੀ ਜੀ, ਕਿਉਂਕਿ ਸਾਰੀ ਪੰਜਾਬ ਮੇਂ ਜੋ ਰਾਜਨੀਤੀ ਉਹ ਸਾਰੀ ਪਾਣੀ ਪਰ ਹੈ। ਔਰ ਦੂਸਰਾ ਮਹੱਤਵਪੂਰਨ ਬਾਤ ਇਹ ਕਿ ਸੁਪਰੀਮ ਕੋਰਟ ਮੇਂ ਪੰਜਾਬ ਨੇ ਰਿਟ ਫਾਈਲ ਕਰ ਵੀ ਦੀ ਹੈ, ਹਰਿਆਣਾ ਕੀ ਤਰਫ ਸੇ ਅਭੀ ਇਸ ਤਰ੍ਹਾਂ ਸੇ ਕੋਈ ਰਿਟ ਫਾਈਲ ਨਹੀਂ ਹੋਈ ਹੈ। ਲੇਕਿਨ ਇੰਪੋਰਟੈਂਟ ਬਾਤ ਇਹ ਹੈ ਕਿ ਯਦੀ ਅਭੀ ਚਾਹੇ ਤੋ ਉਸਮੇ ਵਿਪਕਸ ਨੇ ਆਜ ਕੱਲ ਕਹੀ ਥੀ ਇਹ ਬਾਤ ਕਿ ਆਪ ਇੱਕ ਪ੍ਰਸਤਾਵ ਲੈ ਕਰ ਆਏ, ਇਸਕਾ ਸਮਰਥਨ ਕਰਤੇ ਹੈ। ਔਰ ਇਸਸੇ ਪਹਿਲੇ ਜਬ ਕਾਂਗਰਸ ਕੀ ਸਰਕਾਰ ਥੀ ਉਸ ਸਮੇਂ ਵੀ ਇੱਕ ਬਾਤ ਇਹ ਆਈ ਥੀ, ਇੱਕ ਕਮੇਟੀ ਬਣੇਗੀ ਜੋ ਨਰਿੰਦਰ ਮੋਦੀ ਦੇਸ਼ ਕੇ ਪ੍ਰਧਾਨ ਮੰਤਰੀ ਉਸਕੇ ਪਾਸ ਜਾਏਂਗੇ। ਹਾਲਾਂਕਿ ਅਬ ਜੈਸੇ ਨਈ ਵਿਧਾਨ ਸਭਾ ਆਈ ਤੋ ਉਸਮੇ ਅਭੀ ਉਸਪੇ ਹੁਆ ਨਹੀਂ, ਲੇਕਿਨ ਇਹ ਹੈ ਕਿ 16 ਮਾਰਚ ਕੋ ਮੁੱਖ ਮੰਤਰੀ ਇਸਪੇ ਕਿਆ ਜਵਾਬ ਦੇਤੇ ਹੈ। ਜੀ ਜੀ ਜੀ, ਹੁਣ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਇਹਨਾਂ ਇਸ਼ੂਜ਼ 'ਤੇ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਜਾਰੀ ਰੱਖਾਂਗੇ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਸੀ, ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ, ਉਹਦੇ 'ਚ ਗਵਰਨਰ ਐਡਰੈਸ ਦੇ 'ਚ ਕਿਹੜੇ ਕਿਹੜੇ ਇਸ਼ੂ ਹੋਏ ਹੈ, ਸਵਾਲ ਕੇਵਲ ਸਤਲੁਜ ਅਤੇ ਜਮੁਨਾ ਨਗਰ ਦੇ ਪਾਣੀਆਂ ਦਾ ਨਹੀਂ, ਹੋਰ ਵੀ ਬਹੁਤ ਸਾਰੇ ਮਾਮਲੇ ਜਿਹਨਾਂ ਮੁੱਦਿਆਂ 'ਤੇ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਗੱਲ ਕਰਾਂਗੇ। ਮਾਨਸਰ, ਜਿਹੜਾ ਗਵਰਨਰ ਐਡਰੈਸ ਹੈ ਉਹਦੇ 'ਚ ਗੱਲ ਇਹ ਵੀ ਆਈ ਹੈ ਕਿ ਜਿਸ ਤਰ੍ਹਾਂ ਪਹਿਲਾਂ ਵਾਈਟ ਪੇਪਰ ਇਸ਼ੂ ਕੀਤਾ ਗਿਆ, ਹੁਣ ਗਵਰਨਰ ਦੇ ਭਾਸ਼ਣ ਦੇ 'ਚ ਵੀ ਇਹ ਗੱਲ ਜ਼ੋਰ ਦੇ ਕੇ ਕਹੀ ਹੈ ਕਿ ਜਿਹੜੀ ਪਿਛਲੀ ਸਰਕਾਰ ਹੈ ਉਹਦੇ 'ਚ ਬੜਾ ਭਾਈ ਭਤੀਜਾਵਾਦ ਕੀਤਾ ਗਿਆ, ਬੜਾ ਪੱਖਵਾਦ ਕੀਤਾ ਗਿਆ, ਵਿਕਾਸ ਦੇ ਮਾਮਲੇ 'ਚ ਵੀ ਸਾਵਾਂਪਣ ਨਹੀਂ ਰੱਖੇਗਾ। ਕਿ ਸਾਰਾ ਪੋਲੀਟੀਕਲ ਜਿਹੜੇ ਹੈਗੇ ਆ ਇੱਕ ਦੂਜੇ ਦੀ ਲਿਪਾ ਪੋਚੀ ਆ, ਜਾਂ ਇਹਦੇ 'ਚ ਕੋਈ ਫੈਕਟਸ ਵੀ ਆ ਤੁਹਾਡੇ ਕੋਲ? ਦੇਖੋ ਜੀ, ਜਿੱਥੇ ਤੱਕ ਗਵਰਨਰ ਐਡਰੈਸ ਦਾ ਸਵਾਲ ਹੈ, ਉਹ ਗਵਰਨਮੈਂਟ ਦੀ ਵਿਜ਼ਨ ਹੁੰਦੀ ਹੈ ਜੀ। ਗਵਰਨਮੈਂਟ ਦੀ ਵਿਜ਼ਨ ਦੇ ਵਿੱਚ ਜਿਹੜੇ ਪਿਛਲੇ ਹਾਲਾਤ ਰਹੇ ਨੇ ਜਿਨ੍ਹਾਂ ਨੂੰ ਅਸੀਂ ਹੁਣ ਫੇਸ ਕਰ ਰਹੇ ਹਾਂ, ਬਿਕੋਜ਼ ਆਪਾਂ ਪੂਰਾ ਸਾਲ ਤਾਂ ਆਏ ਨਹੀਂ, ਹੁਣ 4 ਮਹੀਨੇ ਹੋਏ ਸਾਨੂੰ ਭਾਰਤ 'ਚ, ਅਤੇ ਜਿਹੜੀ ਫੈਕਚੁਅਲ ਪੋਜੀਸ਼ਨ ਹੈ ਉਸ ਪੋਜੀਸ਼ਨ ਤੋਂ ਹਾਊਸ ਨੂੰ ਔਰ ਜਨਤਾ ਨੂੰ ਅਵਗਤ ਕਰਨ ਲਈ, ਉਹਨਾਂ ਨੂੰ ਅਪਰਾਈਜ਼ ਕਰਨ ਲਈ ਕਿ ਵੀ ਇਹ ਸਥਿਤੀ ਆ, ਇੱਥੇ ਅਸੀਂ ਖੜੇ ਹਾਂ ਅਤੇ ਇਹ ਹੁਣ ਛੱਡ ਕੇ ਗਏ ਸੀ, ਇਹ ਲੈਗੇਸੀ ਸਾਡੀ ਜੀ। ਮਾਨ ਸਾਹਿਬ, ਮੈਂ ਤਾਂ ਤੁਹਾਨੂੰ ਇਹ ਗੱਲ ਐਡ ਕਰਨ ਚਾਹਾਂਗਾ, ਬਿਲਕੁਲ ਸਹੀ ਹੈ ਕਿ ਹਰਿਆਣਾ ਦੇ ਲੋਕਾਂ ਨੇ ਫਤਵਾ ਇਸ ਕਰਕੇ ਦਿੱਤਾ ਕਿ ਪਹਿਲੀ ਸਰਕਾਰ ਦੇ ਖਿਲਾਫ ਉਹਨਾਂ ਨੂੰ ਰਿਜ਼ੈਂਟਮੈਂਟ ਸੀ, ਪਰ ਉਹ ਜਿਹੜੀ ਰਿਜ਼ੈਂਟਮੈਂਟ ਤੋਂ ਅੱਗੇ ਹੁਣ ਆਪਾਂ ਤਾਂ ਪਾਵਰ 'ਚ ਆ ਗਏ ਹਾਂ,
ਤੇ ਜੇ ਹੁਣ ਅਸੀਂ ਕਹਿ ਰਹੇ ਕਿ ਪਿਛਲੀ ਸਰਕਾਰ ਨੇ ਬੜਾ ਭਾਈ ਭਤੀਜਾਵਾਦ ਕੀਤਾ, ਵਿਕਾਸ ਦੇ ਅੰਦਰ ਵੀ ਜਿਹੜਾ ਹੈਗਾ ਬਰਾਬਰੀ ਨਹੀਂ ਰੱਖੀ, ਕੋਈ ਫੈਕਟਸ ਹੈ ਕਿ ਇਸ ਤਰ੍ਹਾਂ ਜਾਂ ਇੱਕ ਹੁੱਡਾ ਸਰਕਾਰ ਦੇ ਖਿਲਾਫ਼ ਇੱਕ ਕੰਪੇਨ ਹੈ? ਦੇਖੋ ਇਸ ਤਰ੍ਹਾਂ ਹੈ, ਤੁਸੀਂ ਜਰਨਲਿਸਟ ਹੋ, ਤੁਹਾਨੂੰ ਤੁਸੀਂ ਪਿਛਲੇ 9.5 ਸਾਲ ਦਾ ਉਹਨਾਂ ਦਾ ਰਾਜ ਦੇਖਿਆ ਹੈ ਜੀ, ਔਰ ਇਹਦੇ 'ਚ ਕੋਈ ਦੋ ਰਾਹ ਨਹੀਂ ਹੈ ਕਿ ਹੁੱਡਾ ਸਾਹਿਬ ਨੇ ਭਾਈ ਭਤੀਜਾਵਾਦ ਕੀਤਾ ਆ, ਲੋਪ ਸਾਈਡ ਡਿਵੈਲਪਮੈਂਟ ਕੀਤੀ ਹੈ, ਉਹਨਾਂ ਨੇ ਚੁਣ ਕੇ ਆਪਣੇ ਮਰਜ਼ੀ ਨਾਲ ਆਪਣੇ ਬੰਦੇ ਲਾਏ ਹੈ, ਉਹਨਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਏਰੀਏ ਨੂੰ ਡਿਵੈਲਪ ਕੀਤਾ ਆ, ਉਹ ਫੈਕਟ ਕੀ ਨੇ ਵੀ ਕਿੰਨੇ ਪ੍ਰੋਜੈਕਟ ਕਿੰਨੇ ਕਰੋੜ ਦੇ ਉਹਨਾਂ ਨੇ ਕਿਸ ਏਰੀਏ 'ਚ ਦਿੱਤੇ ਨੇ, ਕਿਹੜੀ ਡਿਸਟ੍ਰਿਕਟ 'ਚ ਕਿੰਨੀ ਡਿਵੈਲਪਮੈਂਟ ਹੋਈ ਹੈ, ਕਿੱਥੇ ਸੜਕਾਂ ਬਣੀਆਂ ਨੇ, ਕਿੱਥੇ ਅਰਬਨ ਡਿਵੈਲਪਮੈਂਟ ਆਈ ਹੈ, ਕਿੱਥੇ ਵਾਟਰ ਰਿਸੋਰਸਿਸ ਆਏ ਆ, ਕਿੱਥੇ ਬਿਜਲੀ ਦੀ ਅਪਗ੍ਰੇਡੇਸ਼ਨ ਹੋਈ ਹੈ, ਉਹ ਫੈਕਟ ਹੈ, ਔਰ ਕਿੱਥੇ ਬਿਜਲੀ ਦੀ ਡਿਫਾਲਟ ਇਹਨਾਂ ਨੇ ਮਾਫ਼ ਕੀਤੀ ਔਰ ਕਿੱਥੇ ਨਹੀਂ ਕੀਤੀ, ਇਹ ਸਾਰੀਆਂ ਗੱਲਾਂ ਔਨ ਰਿਕਾਰਡ ਹੈ, ਇਹਦੇ 'ਚ ਪੋਲੀਟੀਕਲੀ ਪੋਲੀਟੀਕਲੀ ਮੋਟੀਵੇਟਡ ਫੈਕਟਸ ਜਿਹੜੇ ਹੈਗੇ ਗਵਰਨਰ ਟਰੱਸਟੀ ਕਹਿੰਦੇ ਵੀ ਉਸ ਨੂੰ ਬੇਸ ਰੱਖ ਕੇ ਗੱਲ ਕੀਤੀ ਗਈ ਹੈ, ਪਿਛਲੀ ਹੁੱਡਾ ਸਰਕਾਰ ਦੇ ਜੋ ਕੁਝ ਹੁੰਦਾ ਰਿਹਾ, ਅਸੀਂ ਕਮੈਂਟ ਤੁਹਾਡੇ ਕੋਲੋਂ ਵੀ ਲੈਣਾ ਚਾਹਾਂਗੇ। ਸਿੱਧੂ ਸਾਹਿਬ, ਜੋ ਪੂਰੋ ਕੀ ਜੋ ਸਰਕਾਰ ਰਹੀ ਹੈ ਉਸਮੇਂ ਜੋ ਡਿਵੈਲਪਮੈਂਟ ਜੋ ਹੋਵੇ, ਕਈ ਅੱਛੇ ਪ੍ਰੋਜੈਕਟ ਵੀ ਆਏ, ਲੇਕਿਨ ਜੋ ਇੱਕ ਤੋਂ ਜੋ ਕਰਜ਼ੇ ਵਾਲੀ ਬਾਤ ਆਈ ਹੈ, ਇਹ ਬੜੀ ਇੰਪੋਰਟੈਂਟ ਬਾਤ ਨਿਕਲ ਕੇ ਆਈ ਕਿ ਜੋ ਭਾਜਪਾ ਸਰਕਾਰ ਉਹਨਾਂ ਨੇ ਇਹ ਕਲੀਅਰ ਤੋਂ ਕਰ ਦਿਆ ਕਿ ਇਤਨੇ 71,000 ਕਰੋੜ ਆਜ ਕੇ ਦਿਨ ਹੈ, ਇਹ 2013-14 ਮੇਂ ਔਰ 14-15 ਕੀ ਬਾਤ ਕਰੇ ਤੋ 81,000 ਕਰੋੜ ਕੇ ਕਰੀਬ ਕਰਜ਼ ਚ ਰਹਾ ਹੈ, ਲੇਕਿਨ ਇੱਕ ਰੋਡ ਮੈਪ ਜੋ ਹੋਣਾ ਚਾਹੀਏ ਥਾ, ਉਹ ਸ਼ਾਇਦ ਮੈਂ ਅਭੀ ਬਤਾਇਆ 16 ਮਾਰਚ ਕੋ ਜਬ ਮੁੱਖ ਮੰਤਰੀ ਬੋਲੇਂਗੇ ਉਸਮੇਂ ਦਿਖਾਈ ਦੇਗਾ, ਯਾ ਜੋ ਵਿੱਤ ਮੰਤਰੀ ਕਾ ਜੋ ਬਜਟ ਪੇਸ਼ ਕਰੇਂਗੇ ਉਸਮੇਂ, ਲੇਕਿਨ ਅਭੀ ਇਸਮੇਂ ਰੋਡ ਮੈਪ ਕੀ ਬਾਤ ਨਹੀਂ ਆਈ ਹੈ, ਇਸ ਹਿਸਾਬ ਸੇ ਜਿਸ ਹਿਸਾਬ ਸੇ ਕਰਜ਼ਾ ਇਸਕਾ ਮਤਲਬ ਤੋ ਜੋ ਬੋਰਡ ਕਾਰਪੋਰੇਸ਼ਨ ਹੈ ਉਨ ਪੇ ਬਹੁਤ ਜ਼ਿਆਦਾ, ਇਸਕਾ ਮਤਲਬ ਕਾਫੀ ਬੋਰਡ ਕਾਰਪੋਰੇਸ਼ਨ ਬੰਦ ਕਰਨੇ ਪੜੇਂਗੇ ਔਰ ਇਸਕਾ ਮਤਲਬ ਲੋਕ ਬੇਰੋਜ਼ਗਾਰ ਵੀ ਹੋਣਗੇ, ਲੇਕਿਨ ਉਸਮੇਂ ਇੱਕ ਰੋਡ ਮੈਪ ਵੀ ਹੋਣਾ ਚਾਹੀਏ, ਦੇ ਬੇਸਿਸ ਦੇ ਉੱਪਰ ਕਦੀ ਸਰਕਾਰਾਂ ਨਹੀਂ ਚੱਲਦੀਆਂ, ਇਹ ਫੈਕਟਸ ਨੂੰ ਰਿਪ੍ਰੈਜੈਂਟ ਕਰ ਰਹੇ, ਤੁਸੀਂ ਅਸਿਊਮ ਕਰ ਰਹੇ ਹੋ ਕਿ ਵੀ ਜੀ ਐਂ ਕਰਨਗੇ ਜਾਂ ਬੰਦ ਕਰ ਦੇਣਗੇ, ਤੁਹਾਨੂੰ ਇੱਕ ਚੀਜ਼ ਮੱਦੇਨਜ਼ਰ ਇਹ ਵੀ ਰੱਖਣੀ ਚਾਹੀਦੀ ਹੈ ਕਿ ਸੈਂਟਰਲ ਗਵਰਨਮੈਂਟ ਨੇ, ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਸਰਕਾਰ ਆ, ਉਹਨਾਂ ਨੇ ਆਪਣੇ ਯੂਨੀਅਨ ਬਜਟ ਦੇ ਵਿੱਚ ਜਿਹੜੀ ਸਟੇਟਸ ਦਾ ਸ਼ੇਅਰ ਹੈ ਐਲੋਕੇਸ਼ਨ 'ਚ ਉਹ ਵਧਾਤਾ 10%, ਔਰ ਯੈਸ ਹਾਂ ਉਹ ਨਾ ਸਿਰਫ ਭਾਰਤ 'ਚ, ਨਾ ਸਿਰਫ ਬੀਜੇਪੀ ਰੂਲਡ ਸਟੇਟਸ ਲਈ ਬਲਕਿ ਅਕਰੋਸ ਦੀ ਬੋਰਡ ਸਾਰੀ ਸਟੇਟਸ ਲਈ। ਪਹਿਲੀ ਗੱਲ, ਪਹਿਲਾਂ ਕਾਂਗਰਸ ਕੀ ਕਰਦੀ ਹੁੰਦੀ ਸੀਗੀ, ਜਿਹੜੀਆਂ ਸਟੇਟਸ ਦੇ ਵਿੱਚ ਨੋਨ ਕਾਂਗਰਸ ਗਵਰਨਮੈਂਟਸ ਹੁੰਦੀਆਂ ਸੀਗੀਆਂ ਉਹਨਾਂ ਨੂੰ ਸਕੁਈਜ਼ ਕਰਦੇ ਸੀਗੇ, ਇਹ ਦੇ ਜਿਵੇਂ ਨਾ ਉਹਨਾਂ ਦਾ ਮਤਲਬ ਸਾਹ ਘੁੱਟਣ ਵਾਲਾ ਕੰਮ ਕਰਦੇ ਹੁੰਦੇ ਸੀਗੇ, ਬਟ ਦਿਸ ਇਜ਼ ਨਾਟ ਹੈਪਨਡ ਦਿਸ ਟਾਈਮ। ਮਾਨ ਸਾਹਿਬ ਅਸੀਂ ਇਹ ਕਹਿਣਾ, ਮੇਰਾ ਖਿਆਲ ਹੈ ਮਲਿਕ ਸਾਹਿਬ ਗਲਤ ਹੋਏਗਾ ਕਿ ਵੀ ਪੈਸੇ ਦੇ ਭਾਵ ਦੇ ਵਿੱਚ ਬੋਰਡ ਕੋਆਪਰੇਸ਼ਨ ਬੰਦ ਹੋ ਜਾਣਗੀਆਂ, ਮਾਨ ਸਾਹਿਬ ਜੀ ਗਲਤ ਹੈ, ਅਸੀਂ ਇਹ ਅਸਿਊਮ ਕਰ ਰਹੇ ਹਾਂ। ਓਕੇ ਓਕੇ, ਮਾਨ ਸਾਹਿਬ ਜਿਹੜੀ ਤੁਸੀਂ ਗੱਲ ਕਰਦੇ ਹੋ ਕੋਈ ਸੈਂਟਰ ਦੇ ਬਜਟ ਦੀ, ਉਹਨੇ ਐਲੋਕੇਸ਼ਨ ਬਤਾਈਏ, ਬਿਲਕੁਲ ਸਹੀ ਆ, ਆਪਾਂ ਜੋ ਹਰਿਆਣਾ ਦੇ ਬਜਟ ਤੇ ਗੱਲ ਕਰ ਰਹੇ ਹਾਂ ਤੇ ਇਹਦੇ 'ਚ ਇੱਕ ਹੋਰ ਇੰਪੋਰਟੈਂਟ ਗੱਲ ਜਿਹੜੀ ਹੈਗੀ, ਤੁਸੀਂ ਵੀ ਫਾਰਮਿੰਗ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ, ਭੂਮੀ ਅਧਿਗ੍ਰਹਿਣ ਐਕਟ ਜਿਹੜਾ ਹੈਗਾ ਬਿੱਲ ਜਿਹੜਾ ਉਹ ਲੋਕ ਸਭਾ ਦੇ 'ਚ ਪਾਸ ਹੋ ਚੁੱਕਾ ਹੈ, ਹਰਿਆਣਾ ਦਾ ਜਿਹੜਾ ਰਾਜਪਾਲ ਨੇ ਭਾਸ਼ਣ ਦਿੱਤਾ ਹੈ ਉਹਦੇ 'ਚ ਇਸ ਭੂਮੀ ਅਧਿਗ੍ਰਹਿਣ ਐਕਟ ਬਾਰੇ ਜਾਂ ਇਸ ਬਿੱਲ ਬਾਰੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ, ਲੱਗਦਾ ਨਹੀਂ ਕਿ ਹਰਿਆਣਾ ਦੇ ਜਿਹੜੇ ਫਾਰਮਰਸ ਆ ਉਹਨਾਂ ਦੇ ਇੰਟਰਸਟ ਹੈ ਜਿਹੜਾ ਉਹਨਾਂ ਨੂੰ ਸਰਕਾਰ ਖੱਟਰ ਸਰਕਾਰ ਇਗਨੋਰ ਕਰ ਰਹੀ ਹੈ। ਮੈਂ ਫਿਰ ਉਹੀ ਕਹਿ ਰਿਹਾ ਜੀ, ਇਹ ਸਾਰੀਆਂ ਅਸੰਪਸ਼ਨਸ ਨੇ, ਮੇਰਾ ਕਹਿਣਾ ਇਹ ਹੈ ਕਿ ਵੀ ਉਹ ਹਾਲੇ ਲੋਕ ਸਭਾ 'ਚ ਪਾਸ ਹੋਇਆ ਜੀ, ਔਰ ਸਾਈਮਲਟੇਨੀਅਸਲੀ ਲੋਕ ਸਭਾ ਤੋਂ ਬਾਅਦ ਇੱਧਰ ਗਵਰਨਰ ਦਾ ਐਡਰੈਸ ਹੋਇਆ ਜੀ, ਤੁਸੀਂ ਟਾਈਮਿੰਗ ਦੇਖੋ, ਪਹਿਲਾਂ ਇਹ ਦੱਸੋ ਮੈਨੂੰ ਲੋਕ ਸਭਾ 'ਚ ਪਹਿਲਾਂ ਪਾਸ ਹੋਇਆ ਕਿ ਗਵਰਨਰ ਐਡਰੈਸ ਪਹਿਲਾਂ ਹੋਇਆ ਜੀ, ਤੁਹਾਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਜਾਏਗਾ ਜੀ। ਦੂਜਾ, ਜਦ ਤੱਕ ਉਹ ਰਾਜ ਸਭਾ ਤੋਂ ਪਾਸ ਹੋ ਕੇ ਪ੍ਰੈਜ਼ੀਡੈਂਸ਼ੀਅਲ ਕੰਸੈਂਟ ਨਾ ਮਿਲ ਜਾਏ, ਡਜ਼ ਨਾਟ ਬਿਕਮ ਅ ਲਾਅ ਜੀ, ਤੇ ਰਾਜਪਾਲ ਦਾ ਪ੍ਰੋਗੇਟਿਵ ਨਹੀਂ ਹੈ ਕਿ ਕਿਸੇ ਇੱਕ ਡਿਸਕਸ਼ਨ ਦੇ ਵਿੱਚ ਜਿਹੜਾ ਮੈਟਰ ਉਹਦੇ ਉੱਪਰ ਉਹ ਟਿੱਪਣੀ ਕਰਨ ਜੀ, ਉਹ ਮੇਰਾ ਨਹੀਂ ਖਿਆਲ ਕਿ ਵੀ ਉਹ ਵੈਲਿਡ ਆ ਪੁਆਇੰਟ। ਮਾਨ ਸਾਹਿਬ ਅਸੀਂ ਇਹ ਜਾਣਨਾ ਚਾਹੁੰਦੇ ਹਾਂ, ਅਸੀਂ ਇਹ ਨਹੀਂ ਕਿ ਵੀ ਜੋ ਪਾਰਲੀਮੈਂਟ ਦੇ ਅੰਦਰ ਹੋਇਆ ਉਹਦੇ 'ਤੇ ਕਮੈਂਟ, ਅਸੀਂ ਗੱਲ ਕਰਦੇ ਹਾਂ ਕਿ ਜਦੋਂ ਹਰਿਆਣਾ ਦੇ ਜਿਹੜੇ ਕਿਸਾਨ ਹੈ ਉਹਨਾਂ ਦੇ ਇੰਟਰਸਟ ਵਾਚ ਕਰਨ ਦੀ ਗੱਲ ਹੈ, ਇਸ ਤੋਂ ਪਹਿਲਾਂ ਨੈਸ਼ਨਲ ਲੈਵਲ 'ਤੇ ਡਿਬੇਟ ਹੋ ਰਹੀਆਂ, ਸਾਰੀਆਂ ਪਾਰਟੀਆਂ ਉਹਦੇ 'ਤੇ ਸਟੈਂਡ ਲੈ ਰਹੀਆਂ, ਕੀ ਜਿਹੜੀ ਖੱਟੜ ਸਰਕਾਰ ਆ ਉਹਨੇ ਕੋਈ ਇਸ ਤਰ੍ਹਾਂ ਦੀ ਪ੍ਰਪੋਜ਼ਲ ਜਾਂ ਇਸ ਤਰ੍ਹਾਂ ਦੇ ਜਿਹੜੇ ਫੈਕਟਸ ਜਾਂ ਇੱਦਾਂ ਦਾ ਪ੍ਰਸਤਾਵ ਰੱਖਿਆ ਕੇਂਦਰ ਦੇ ਅੱਗੇ ਵੀ ਘੱਟੋ ਘੱਟ ਮਿਨੀਮਮ ਅਗਰ ਭੂਮੀ ਅਧਿਗ੍ਰਹਿਣ ਐਕਟ ਲਿਆਉਣਾ ਹੈ ਤਾਂ ਇਹਦੇ 'ਚ ਇਹ ਫਾਰਮ ਦੇ ਇੰਟਰਸਟ ਜਿਹੜੇ ਹੈਗੇ ਆ ਸੇਫ ਰਹਿਣੇ ਚਾਹੀਦੇ। ਦੇਖੋ ਗੱਲ ਇਹ ਹੈ ਕਿ ਕੱਲ ਜਿਹੜਾ ਭੂਮੀ ਅਧਿਕਰਨ ਦਾ ਐਕਟ ਜਿਹੜਾ ਪਾਸ ਹੋਇਆ ਹੈ ਲੋਕ ਸਭਾ 'ਚ, ਉਹ 9 ਅਮੈਂਡਮੈਂਟਸ ਦੇ ਨਾਲ ਪਾਸ ਹੋਇਆ, ਬਿਲਕੁਲ, ਤੇ ਉਹਦੇ 'ਚ ਕਈ ਕਲੋਜ਼ਿਸ ਇਹੋ ਜਿਹੀਆਂ ਨੇ ਜਿਹੜੀਆਂ ਪਹਿਲਾਂ ਫਾਰਮਰਸ ਨੂੰ ਚੁੱਭ ਰਹੀਆਂ ਸੀਗੀਆਂ ਉਹ ਕਰੈਕਟ ਕੀਤੀਆਂ ਗਈਆਂ, ਐਡ ਕੀਤਾ ਗਿਆ ਨਵਾਂ, ਹਾਂਜੀ, ਔਰ ਸਾਰੇ ਚੀਫ ਮਿਨਿਸਟਰਸ ਨੂੰ ਔਨ ਬੋਰਡ ਲੈ ਕੇ, ਸਾਰੇ ਆਪਣੇ ਕੋਲੀਸ਼ਨ ਪਾਰਟਨਰਸ ਨੂੰ ਔਨ ਬੋਰਡ ਲੈ ਕੇ, ਤਾਂ ਇਹਨਾਂ ਦੇ ਵਿੱਚ ਇਹ ਅਮੈਂਡਮੈਂਟਸ ਆਈਆਂ ਨੇ, ਔਰ ਕਹਿਣ ਦਾ ਮਤਲਬ ਇਹ ਹੈ ਜੀ ਕਿ ਜਦੋਂ ਇਵੈਂਚੁਅਲੀ ਇਹ ਲਾਅ ਇਨੈਕਟ ਹੋ ਕੇ ਔਰ ਪ੍ਰੈਕਟੀਕਲੀ ਔਨ ਗਰਾਊਂਡ ਇੰਪਲੀਮੈਂਟ ਹੋਣਾ ਸ਼ੁਰੂ ਹੋਏਗਾ, ਤੁਹਾਨੂੰ ਆਪ ਲੱਗੂਗਾ ਕਿ ਵੀ ਇਟ ਇਜ਼ ਅ ਬੈਟਰ ਫਾਰਮ, ਨੌਕਰੀ ਦਾ ਪ੍ਰੋਵੀਜ਼ਨ, 4 ਗੁਣਾ ਮੁਆਵਜ਼ੇ ਦਾ ਪ੍ਰੋਵੀਜ਼ਨ ਔਰ ਲੁੱਕ ਆਫਟਰ ਕਰਨਾ ਪਰਿਵਾਰ ਦਾ ਪ੍ਰੋਵੀਜ਼ਨ, ਪਹਿਲਾਂ ਇਹ ਪ੍ਰੋਵੀਜ਼ਨਸ ਨਹੀਂ ਸੀਗੇ ਜੀ। ਮਾਨ ਸਾਹਿਬ ਅਸੀਂ ਇਸ ਮੁੱਦੇ 'ਤੇ ਜ਼ਿਆਦਾ ਬਹਿਸ ਨਹੀਂ ਕਰਨੀ ਚਾਹਾਂਗੇ, ਪਰ ਮੈਂ ਇੱਕ ਗੱਲ ਜ਼ਰੂਰ
50 ਲੱਖ ਏਕੜ ਹੈ ਜਾਂ 40 ਲੱਖ ਨੂੰ ਏਕੜ ਹੈ, ਜਿੱਦਾਂ ਦੇ ਵੀ ਹੈਗਾ। ਜੇ ਆਪਾਂ ਜੋਬ ਦੀ ਗੱਲ ਕਰਦੇ ਹਾਂ, ਇੱਕ ਕਿਸਾਨ ਦੇ ਬੇਟੇ ਨੂੰ ਜੋਬ ਕੀ ਦੇਵਾਂਗੇ ਆਪਾਂ? ਕੋਈ ਕੰਡਕਟਰ ਲਵਾ ਦਾਂਗੇ, ਕਲਰਕ ਲਗਵਾ ਦਾਂਗੇ, ਇਹੋ ਜਿਹੀਆਂ ਪੋਸਟਾਂ ਦੇ ਕੇ ਉਹਦੀ ਜਿਹੜੀ ਰੋਜ਼ੀ ਰੋਟੀ ਜਿਹੜੀ ਹੈ, ਦੇਖੋ ਇਹ ਕੋਈ ਮਾਨਸਿਕ ਕੰਪੈਰੀਜ਼ਨ ਨਹੀਂ ਹੈ। ਸਿੱਧੂ ਸਾਹਿਬ, ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ, ਤੁਸੀਂ ਕਿਸਾਨ ਦੇ ਬੇਟੇ ਹੋ, ਅੱਜ ਤੁਸੀਂ ਇੱਕ ਡਿਬੇਟ ਕੰਡਕਟ ਕਰ ਰਹੇ ਹੋ, ਜੀ ਜੀ, ਤੁਸੀਂ ਇੱਕ ਸੀਨੀਅਰ ਜਰਨਲਿਸਟ ਹੋ ਜੀ, ਤੁਸੀਂ ਪੰਜਾਬ 'ਚ ਜਾ ਕੇ ਦੇਖੋ, ਤੁਸੀਂ ਹਰਿਆਣੇ 'ਚ ਜਾ ਕੇ ਦੇਖੋ, ਕਿਸਾਨਾਂ ਦੇ ਬੇਟੇ ਮੁੱਖ ਮੰਤਰੀ ਹੈ, ਸੀਨੀਅਰ IAS ਹੈ। ਦੇਖੋ ਇਹ ਕਹਿਣਾ ਜਾਇਜ਼ ਨਹੀਂ ਹੈ। ਦੇਖੋ ਨਹੀਂ ਸਰਕਾਰ ਨੇ ਨਹੀਂ ਬਣਾਇਆ, ਮੈਂ ਗੱਲ ਕਰਦਾ ਕਿ ਸਰਕਾਰ ਦੀ ਜੇ ਜੋਬ ਦੇਣ ਦਾ ਇਸ਼ੂ ਹੈਗਾ ਤਾਂ ਸਰਕਾਰ ਜੋਬ ਇੱਕ ਜਿਹੜਾ ਤੁਸੀਂ ਸਿਰਫ ਕਿਸਾਨ ਦਾ ਬੇਟਾ ਜਿਹੜਾ 10ਵੀਂ ਪਾਸ ਹੈ ਕੀ ਜੋਬ ਦੇਗਾ? ਤੁਸੀਂ ਸਿਰਫ ਇੱਕ ਪੁਆਇੰਟ ਨੂੰ ਕਿਉਂ ਲੈ ਕੇ ਚੱਲਦੇ ਹੋ ਕਿ ਵੀ ਸਿਰਫ ਜੋਬ? ਤੁਸੀਂ ਇਹ ਨਹੀਂ ਦੇਖਿਆ ਉਸ 'ਚ ਹੋਰ ਕਿੰਨੇ ਪ੍ਰੋਵੀਜ਼ਨ ਨੇ? 4 ਗੁਣਾ ਮੌਜ ਦਾ ਪ੍ਰੋਵੀਜ਼ਨ ਹੈ ਉਹਦੇ 'ਚ। ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਵੀ ਅੱਜ ਦੀ ਡੇਟ 'ਚ ਪੰਜਾਬ ਤੋਂ ਕਿਆ ਜੱਟ ਯੂਪੀ 'ਚ ਨਹੀਂ ਗਏ ਜੀ? ਕਿਆ ਪੰਜਾਬ 'ਚ ਜ਼ਮੀਨਾਂ ਜੱਟਾਂ ਨੇ ਕਰੋੜ ਰੁਪਏ ਨੂੰ ਕਿੱਲਾ ਵੇਚ ਕੇ 15 ਲੱਖ ਨੂੰ ਕਿੱਲਾ ਨਹੀਂ ਲਈਆਂ ਉੱਥੇ? ਕਿਆ ਲੈਂਡ ਹੋਲਡਿੰਗ ਇਨਕਰੀਜ਼ ਨਹੀਂ ਕੀਤੀ? ਦੇਖੋ ਵਿਸਥਾਪਿਤ ਹੁੰਦਾ ਹੈ, ਅਗਰ ਕੋਈ ਇੱਕ ਨੈਸ਼ਨਲ ਇੰਟਰਸਟ 'ਚ ਕੰਮ ਹੋ ਰਿਹਾ ਵਾ, ਉਹਦੇ 'ਚ ਕੋਈ ਨਾ ਕੋਈ ਤਾਂ ਵਿਸਥਾਪਿਤ ਹੁੰਦਾ ਆ। ਜਿਹੜਾ ਲੈਂਡ ਹੋਲਡਿੰਗ ਫਾਰਮਰ ਆ, ਜਿਵੇਂ ਮੈਂ ਜੱਟ ਹਾਂ, ਅੱਜ ਮੇਰੇ ਕੋਲ ਜ਼ਮੀਨ ਹੈ, ਮੇਰੀ ਜ਼ਮੀਨ ਅਕਵਾਇਰ 'ਚ ਆਉਂਦੀ ਆ ਜੀ, ਤੇ ਫੋਰ ਦੀ ਇੰਟਰਸਟ ਆਫ ਦੀ ਨੇਸ਼ਨ ਉਹ ਜ਼ਮੀਨ ਮੈਨੂੰ ਦੇਣੀ ਪਊਗੀ ਆਪਣੀ। ਤੁਹਾਨੂੰ ਲੱਗਦਾ ਕਿ ਅਗਰ ਨੇਸ਼ਨ ਦੇ ਇੰਟਰਸਟ ਦੇ ਵਿੱਚ ਕੀਤਾ ਜਾ ਸਕਦਾ ਜੇ ਕਰਨਾ ਚਾਹੀਦਾ ਜਿਹੜਾ ਹੈਗਾ ਇੱਦਾਂ ਦੇ ਇਸ਼ੂ ਦੇ ਉੱਤੇ? ਸਰ ਮਲਿਕ ਜੀ, ਤੁਹਾਡੀ ਕੀ ਰਾਏ? ਸਿੱਧੂ ਸਾਹਿਬ, ਜੋ ਭੂਮੀ ਅਧਿਕਰਨ ਕਾ ਜੋ ਨਯਾ ਜੋ ਕਾਨੂੰਨ ਜੋ ਬਣੇਗਾ, ਬਿਲਕੁਲ ਜੋ ਲੋਕ ਸਭਾ ਮੇ ਪਾਸ ਹੋ ਗਿਆ ਅਭੀ ਆ ਕੇ ਹੋਣਾ ਹੈ, ਇਸਮੇ ਹਾਲਾਂਕਿ ਕਈ ਅਮੈਂਡਮੈਂਟ ਤੋ ਕੀ ਹੈ ਇਹਨੋਨੇ, ਬਿਲਕੁਲ ਸਹੀ ਹੈ। ਅਬ ਉਸਮੇ ਅਮੈਂਡਮੈਂਟ ਹੋਣੇ ਕੇ ਬਾਅਦ ਰਾਜ ਸਭਾ ਮੇ ਪਾਸ ਹੋਤਾ ਹੈ ਵੋ ਨਹੀਂ ਹੋਤਾ ਹੈ ਵੋ ਦੇਖਨੇ ਵਾਲੀ ਬਾਤ ਹੈ, ਲੇਕਿਨ ਜੋ ਮਾਨ ਸਾਹਿਬ ਕਹਿ ਰਹੇ ਹੈ, ਬਸ ਸਟੇਟ ਦੀ ਗੱਲ ਕਰ ਰਹੇ ਹੈ, ਉਸਮੇ ਸਟੇਟ ਮੇ ਉਹਨੋਨੇ ਕਾਂਗਰਸ ਕੀ ਤਰਫ ਸੇ ਆਇਆ ਥਾ ਪ੍ਰਸਤਾਵ, ਲੇਕਿਨ ਉਸਪੇ ਡਿਬੇਟ ਨਹੀਂ ਹੋ ਪਾਈ ਔਰ ਉਸਪੇ ਕਈ ਬਾਤੇ ਬਤਾਈ ਗਈ। ਲੇਕਿਨ ਸਭਸੇ ਮਹੱਤਵਪੂਰਨ ਬਾਤ ਇਹ ਹੈ ਕਿ ਆਜ ਕਿਸਾਨ, ਹਰਿਆਣਾ ਕਾ ਕਿਸਾਨ ਜਿਸਕੀ ਫਸਲ ਪੂਰੀ ਤਰੀਕੇ ਸੇ ਤਬਾਹ ਹੋ ਚੁੱਕੀ, ਉਸਪੇ ਮੁਆਵਜ਼ੇ ਕੇ ਲਈ ਬਾਤ ਹੋਈ ਥੀ, ਕੱਲ ਵੀ ਹੋਈ ਥੀ ਔਰ ਆਜ ਵੀ ਉਸਮੇ ਡਿਸਕਸ ਮੇ ਹੋਇਆ ਥਾ, ਤੋ ਪੂਰੀ ਕਿਸਾਨ ਕੀ ਫਸਲ ਪੂਰੀ ਚੌਪਟ ਹੋ ਗਈ, ਗੇਹੂੰ ਕੀ, ਸਰਸੋਂ ਕੀ, ਚਣੇ ਕੀ, ਤੋ ਉਸਪੇ ਕੱਲ ਇਹਨੋਨੇ 4-2 ਮੰਤਰੀ ਹਵਾਈ ਸਰਵੇ ਵੀ ਕਰਕੇ ਆਏ ਹੈ, 80% ਸੇ ਜ਼ਿਆਦਾ ਫਸਲ ਤਬਾਹ ਹੈ। ਲੇਕਿਨ ਜੋ ਮੁਆਵਜ਼ੇ ਕੇ ਬਾਰੇ ਮੇਂ ਨਾ, ਅਭੀ ਤੱਕ ਸਰਕਾਰ ਨੇ ਕਿਹਾ ਹਮ ਗਿਰਦਾਵਰੀ ਕਰਕੇ ਕਰੇਂਗੇ, ਲੇਕਿਨ ਮੁਆਵਜ਼ਾ 10,000 ਤੱਕ ਬੋਲਿਆ CM ਨੇ, ਤੋ ਵਿਪਕਸ਼ ਨੇ ਕਿਹਾ ਕਿ ਕਮ ਸੇ ਕਮ 25,000 ਤੋਂ ਦਿਓ। ਲੇਕਿਨ ਜੈਸੇ ਮਾਨ ਸਾਹਿਬ ਕਹਿ ਰਹੇ ਹੈ, ਉੱਪਰ ਵੀ ਕਾਂਗਰਸ ਭਾਜਪਾ ਸਰਕਾਰ ਹੈ, ਯਹਾਂ ਵੀ ਭਾਜਪਾ ਸਰਕਾਰ ਹੈ, ਜੈਸੇ ਪੰਜਾਬ ਕੇ CM ਨਰਿੰਦਰ ਮੋਦੀ ਸੇ ਮਿਲ ਕੇ 700 ਕਰੋੜ ਪੈਕੇਜ ਕੀ ਮੰਗ ਕਰਕੇ ਆਏ ਕਿ ਪੰਜਾਬ ਮੇ ਵੀ, ਅਭੀ ਹਰਿਆਣਾ ਕੀ ਤਰਫ ਸੇ ਇਸ ਤਰ੍ਹਾਂ ਕੀ ਬਾਤ ਨਹੀਂ ਹੋ ਪਾਈ ਹੈ। ਆਪਣੇ ਕੋਲ ਸਮਾਂ ਵੀ ਘੱਟ ਹੈ ਮਾਂਜੀ, ਸਾਡੇ ਕੋਲ ਜਾਣ ਲੈਂਦੇ ਹਾਂ। 1 ਮਾਰਚ ਨੂੰ ਜਦੋਂ ਪਹਿਲੀ ਵਾਰੀ ਮੀਂਹ ਪਿਆ ਆ ਜੀ, ਅਨਐਕਸਪੈਕਟਿਡ ਸੀਗਾ ਜੀ ਜੀ, CM ਸਾਹਿਬ ਨੇ 8:30 PM ਸ਼ਾਮ ਨੂੰ ਬਿਆਨ ਆ ਗਿਆ ਸੀ CM ਸਾਹਿਬ ਦਾ ਕਿ ਮੈਂ ਸਪੈਸ਼ਲ ਗਿਰਦਾਵਰੀ ਦੀ ਆਦੇਸ਼ ਜਾਰੀ ਕਰਤੇ ਆ ਸੇਮ ਡੇ ਜੀ ਜੀ। ਉਹ ਗਿਰਦਾਵਰੀ ਅੱਜ ਤਰੀਕ ਜਿੰਨੀ ਹੋਈ ਆ ਵੀ ਗਿਰਦਾਵਰੀ ਵਿਲ ਟੇਕ ਟਾਈਮ, ਸਪੈਸ਼ਲ ਗਿਰਦਾਵਰੀ ਉਹ ਲਾਸ ਅਸੈਸ ਕਰਕੇ ਉਹਦੇ ਅਕੋਰਡਿੰਗਲੀ ਹੀ ਮੁਆਵਜ਼ਾ ਦਿੱਤਾ ਜਾਏਗਾ ਜੀ, ਇਹ ਫੈਕਟ ਹੈ। ਤੁਹਾਨੂੰ ਲੱਗਦਾ ਕਿ ਨਹੀਂ, ਮੁੱਖ ਮੰਤਰੀ ਨੇ ਅੱਜ ਬੋਲ ਦਿਆ ਕਿ ਮੈਂ 10,000 ਸੇ ਜ਼ਿਆਦਾ ਨਹੀਂ ਦੇ ਸਕਤਾ, ਉਸ ਪੇ ਵਿਪਕਸ਼ ਨੇ ਕਿਹਾ ਕਿ ਕਮ ਸੇ ਕਮ 25,000 ਕਰੋ, ਔਰ ਜੈਸੇ ਕਿਸੇ ਉਹਨਾਂ ਨੇ ਕਿਹਾ ਕਿ ਕਿਸਾਨ ਜੈਸੇ 50,000 ਰੁਪਏ ਮੇਂ ਇੱਕ ਏਕੜ ਲੇਤਾ ਹੈ ਠੇਕੇ ਪਰ, ਉਸਕਾ ਤੋ ਚੌਪਟ ਹੋ ਗਿਆ, ਕਮ ਸੇ ਕਮ 50% ਉਸਕੀ ਖਰਾਬ ਹੋਈ, ਤੋ 25,000 ਕਮ ਸੇ ਕਮ ਮਿਲਣਾ ਚਾਹੀਏ। ਜੀ ਜੀ ਮਲਿਕ ਜੀ, ਮੈਂ ਮਾਨ ਸਾਹਿਬ ਕੋਲ ਜਾਣਾ ਚਾਹੁੰਦਾ ਹਾਂ, ਮਾਨ ਸਾਹਿਬ ਆ ਲੈਣ ਦੋ, ਜਦੋਂ ਹੋਏਗਾ ਮੁਆਵਜ਼ਾ ਦੇਖੋ। ਮਾਨ ਸਾਹਿਬ, ਇਹ ਤੇ ਇੱਕ ਡਿਫਰੈਂਟ ਕੁਐਸਚਨ ਆ, ਉਹ ਹੈ ਕਿ ਵੀ ਜਿਹੜੀ ਇਸ ਵੇਲੇ ਜਿਹੜੀ ਪਾਲਿਸੀ ਬਣੀ ਵੀ ਹੈ ਉਹਦੇ ਮੁਤਾਬਕ ਇਹ ਹੈ ਕਿ ਵਿਲੇਜ ਇੱਕ ਯੂਨਿਟ ਦੇ ਤੌਰ ਤੇ ਨਹੀਂ ਲਿਆ ਜਾਂਦਾ, ਇੱਕ ਬਲਾਕ ਨੂੰ ਗਿਣਿਆ ਜਾਂਦਾ, ਡਿਸਟ੍ਰਿਕਟ ਨੂੰ ਗਿਣਿਆ ਜਾਂਦਾ। ਜਿਹੜੀ ਕਿਸਾਨਾਂ ਦੀ ਮਦਦ ਕਰਨ ਦੀ ਕੋਈ ਪਾਲਿਸੀ ਹੈ ਉਹਦੇ 'ਚ ਵੀ ਬੇਸਿਕਲੀ ਚੇਂਜ ਕਰਨ ਦੀ ਜ਼ਰੂਰਤ ਹੈ ਜੀ, ਇਹਦੇ ਉੱਪਰ ਚਿੰਤਾ ਕਰਨ ਦੀ ਆਵਸ਼ਕਤਾ ਹੈ, ਇਹਦੇ ਉੱਪਰ ਲੋੜ ਹੈ, ਜ਼ਰੂਰਤ ਹੈ ਬਦਲਣ ਦੀ, ਇਹਦੇ ਉੱਪਰ ਚਿੰਤਾ ਕਰਨ ਦੀ ਲੋੜ ਹੈ, ਪੁਰਾਣੇ ਕਾਨੂੰਨ ਬਣੇ ਹੋਏ ਨੇ, ਉਹਦੇ ਉੱਪਰ ਚਿੰਤਾ ਕਰਨ ਦੀ ਲੋੜ ਹੈ। ਓਕੇ ਮਲਿਕ ਸਾਹਿਬ, ਸਾਨੂੰ ਸਮਾਂ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਬੜਾ ਦਿਲਚਸਪ ਸਵਾਲ ਜਿਹੜਾ ਵਿਧਾਨ ਸਭਾ ਨਾਲ ਜੁੜਿਆ ਪੁੱਛਣਾ ਚਾਹੁੰਦਾ। ਮੀਡੀਆ ਦੇ ਅੰਦਰ ਪਿਛਲੇ 2 ਦਿਨਾਂ ਤੋਂ ਇਹ ਰਿਪੋਰਟਸ ਆ ਰਹੀਆਂ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੈਸ਼ਨ ਦੇ ਅੰਦਰ ਬੜੇ ਆਰਾਮ ਨਾਲ ਬੈਠਦੇ ਆ, ਮੁਸਕਰਾਹਟ ਦੇ ਨਾਲ ਜਿਹੜਾ ਹੈਗਾ ਸਾਰਾ ਸੈਸ਼ਨ ਦੇਖਦੇ ਆ, ਕੋਈ ਬਹੁਤ ਜ਼ਿਆਦਾ ਜਿੱਦਾਂ ਦਾ ਦਖਲ ਦੇਣਾ ਚਾਹੀਦਾ, ਜਦੋਂ ਕਈ ਵਾਰੀ ਵਿਰੋਧੀ ਧਿਰ ਕਹਿੰਦੀ ਵੀ ਹੈ ਕਿ ਇਹਨਾਂ ਇਸ਼ੂ 'ਤੇ ਅਸੀਂ CM ਦਾ ਦਖਲ ਚਾਹੁੰਦੇ ਹਾਂ, ਤਾਂ CM ਤਦ ਵੀ ਦਖਲ ਨਹੀਂ ਦਿੰਦੇ। ਬਿਲਕੁਲ ਸੰਖੇਪ 'ਚ ਸਿੱਧੂ ਸਾਹਿਬ, ਕਈ ਦਿਨ ਆਜ ਥੋੜ੍ਹਾ ਸਾ CM ਸਾਹਿਬ ਜ਼ਰੂਰ ਬੋਲੇ ਥੇ, ਜਬ ਕਿਸਾਨੋਂ ਕੀ ਬਾਤ ਆਈ ਤੇ ਉਹਨੇ ਕਿਹਾ ਤਾ ਕਿ ਮੈਂ ਫਰੀਦਾਬਾਦ ਜਬ ਚੰਡੀਗੜ੍ਹ ਆ ਰਿਹਾ ਥਾ ਤੋ ਮੈਨੇ ਟ੍ਰੇਨ ਸੇ ਮੈਂ ਦੇਖਾ ਥਾ ਕਿ ਕਿਸਾਨੋਂ ਕੀ ਫਸਲ ਤਬਾਹ ਹੋਈ ਹੈ ਜੀ, ਔਰ ਇਸ ਪੇ ਮੈਂ ਕਾਮ ਕਰ ਰਿਹਾ ਹੂੰ। ਲੇਕਿਨ ਜੋ ਆਪ ਕਹਿ ਰਹੇ ਹੋ, ਉਹ ਅਭੀ ਉਹਨੇ 16 ਤਾਰੀਖ ਕੋ ਆਪਣਾ ਜਵਾਬ ਦੇਣਾ ਹੈ, ਉਹ ਉਸਕਾ ਪੂਰਾ ਦੇਖ ਰਹੇ ਹੈ। ਲੇਕਿਨ ਜੋ ਮੈਂ ਮਾਨ ਸਾਹਿਬ ਅਭੀ ਕਹਿ ਰਹੇ ਥੇ ਕਿ ਜੋ ਭਾਜਪਾ ਸਰਕਾਰ ਕੀ ਬਾਤ ਚੱਲ ਰਹੀ ਥੀ ਬੜੀ ਗੰਭੀਰਤਾ ਹੈ,
देश के प्रधानमंत्री नरेंद्र मोदी ने कितनी जनसभाएं की थी, हर जगह उन्होंने रॉबर्ट वाड्रा का जिक्र किया था कि 1.5 लाख से इतना करोड़ उस जमीन, आज तक वाड्रा डीएलएफ की 4 महीने जांच के लिए उन्होंने सरकार ने कोई कदम नहीं उठाया। मलिक साहब साढ़े को समा नहीं, जो इन्होंने क्वेश्चन रेज किया जी तुम हाँ जहाँ जड़े ऐदा के भ्रिष्टाचार के इशूज भी आए हैं उन्हों बारे भी सरकार की नीति नरम पैंती कुछ दिखाई दे रही है, बिल्कुल ब्रीफ जानना चाहिए। गल है कि पत्रकारां नूं जर्नलिस्टां नूं ना बड़ा शौक हुंदा इहनां नूं कि भई जिहड़ी कोई ज्वलंत मुद्दा है ना, जिहड़ा कोई हॉट टॉपिक है उहदे उपर डिस्कस कीता जी, जी। मैं तुहानूं अशोर कर दिंदा कि उहदे उपर इन्वेस्टिगेशन तफ्तीश चल रही है और एज पर लॉ ही काम होएगा। एक वारी इन्वेस्टिगेशन कंप्लीट हो जाए उहदी रिपोर्ट आ जाए पक्के पैर ही काम करा, कच्चे पैर ही काम नहीं करा जी जी जी। उहदे उपर मैं तुहानूं अशोर कर दिंदा सिद्धू साहब कि प्रॉपर एक्शन होएगा और तुसीं देखोगे आने वाले टाइम च You will see उदे च प्रैक्टिकली ऑन ग्राउंड। ओके ओके मानसा उसी चाहने कि लामदाब काम हो गया। असी अपने मेहमाना दे नाल चर्चा कर रहे सी हरियाणा विधानसभा दे सैशन दे उत्ते। ये बिल्कुल सही है कि इस वेले जिहड़ी चाहे खट्टर सरकार नूं आए नूं कुछ गिनती दे महीने ही होए है पर उहदी कारगुजारी बारे क्वेश्चन जिहड़े हैगे आउण लगे है। चिंतन मंथन ये पार्टियां ते सरकारां दा एक सुभाविक सुभा है पर फैसले हमेशा अमलां दे नाल हुंदे है। ये भी सही है कि मनोहर लाल खट्टर दे आउण दे नाल हरियाणा के अंदर एक फिजिकल जिहड़ा है चेहरा वह तो बदलिया है पर प्रशासन का चेहरा बदलने की लोड़ है, लोगों इस गल की इंतजार है। इन सारे मामलों पर चर्चा चाहने के लिए असी मान साहब प्रदीप मलिक अपने दोनों मित्रों के धन्यवादी हैं और साढ़े दर्शकों लिए प्रोग्राम का पता है जगतार सिद्धू @ globalpunjabtv.com। धन्यवाद।